ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਬਾਬਾ ਸਵਰਨਜੀਤ ਸਿੰਘ ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ, ਇਤਿਹਾਸਿਕ ਦਰਬਾਰ, ਜਿਸ ਪਾਵਨ ਪਵਿੱਤਰ ਦਰਬਾਰ ਨੂੰ ਪੰਜਾਂ ਤਖਤਾਂ ਨੇ ਥਾਪੜਨਾ ਦੇ ਕੇ ਪੂਰੇ ਸੰਸਾਰ ਦੇ ਵਿੱਚ ਸਾਹਿਬੇ ਕਮਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮਹਾਨ ਪੈਗਾਮ ਨੂੰ ਹਰ ਥਾਂ ਥਾਂ 'ਤੇ ਪਹੁੰਚਾਉਣ ਵਾਸਤੇ ਔਰ ਗੁਰੂ ਦੀਆਂ ਪਿਆਰੀਆਂ ਫੌਜਾਂ ਨੂੰ ਗੁਰਮਤਿ ਮਰਿਆਦਾ ਦੇ ਨਾਲ ਪੂਰੇ ਨਿਯਮ ਦੇ ਨਾਲ ਚੱਲਣ ਦੀ ਜੋ ਆਗਿਆ ਮਿਲੀ ਸੀ ਉਹਦਾ ਪਾਲਣ ਕਰ ਰਿਹਾ ਹੈ। ਗੁਰਮੁਖੋ, ਅੱਜ ਸਾਡਾ ਦੇਸ਼ ਅਤੇ ਵਿਦੇਸ਼, ਪੂਰਾ ਵਿਸ਼ਵ ਕਰੋਨਾ ਦੇ ਕਹਿਰ ਦੇ ਨਾਲ ਬਹੁਤ ਹੀ ਇਸ ਵੇਲੇ ਪੀੜਾ ਦੇ ਵਿੱਚ ਹੈ। ਹਜ਼ਾਰਾਂ ਲੋਕ ਮਰ ਗਏ ਹਨ, ਲੱਖਾਂ ਲੋਕ ਪੋਜ਼ਿਟਿਵ ਹੋ ਗਏ ਹਨ, ਔਰ ਬੜੀ ਹੀ ਦਿਲ ਦੇ ਉੱਤੇ ਚੋਟ ਲੱਗਦੀ ਹੈ। ਅੱਜ ਅੰਮ੍ਰਿਤ ਵੇਲੇ ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਪ੍ਰਧਾਨ ਡਾਕਟਰ ਸੰਤ ਸਿੰਘ ਜੀ ਦੇ ਦਿਲ ਦੇ ਵਿੱਚ ਸਰਬੱਤ ਸੰਗਤਾਂ ਲਈ ਇੱਕ ਬਹੁਤ ਨਿੱਘੀ ਜੀ ਯਾਦ, ਅਤੇ ਉਸ ਯਾਦ ਦੇ ਵਿੱਚ ਬੈਠ ਕੇ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਕਿ ਦੇਸ਼ ਨੂੰ ਔਰ ਹਿੰਦੁਸਤਾਨ ਦੇ ਵਿੱਚ ਵਸਦੀਆਂ ਸੰਗਤਾਂ ਨੂੰ ਇਹ ਗੱਲ ਆਖੋ ਕਿ ਗੁਰੂ ਪਿਆਰਿਓ, ਆਪ ਜੀ ਦੇ ਸਿਰ ਦੇ ਉੱਤੇ ਗੁਰੂ ਦਾ ਪੈਰਾ ਹੈ, ਚੜ੍ਹਦੀ ਕਲਾ 'ਚ ਰਹਿਣਾ। ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਹੁਤ ਵੱਡੀ ਸੇਵਾ ਕਰਕੇ ਦੇਸ਼ ਦੇ ਆਵਾਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਜਿਹਨਾਂ ਦੇ ਉੱਤੇ ਗੁਰੂ ਨਾਨਕ ਦੀ ਬਖਸ਼ਿਸ਼ ਹੋਵੇ, ਬ੍ਰਹਮ ਗਿਆਨੀ ਸੰਤ ਬਾਬਾ ਵਡਭਾਗ ਸਿੰਘ ਜੀ ਦੀ ਬਖਸ਼ਿਸ਼ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੈਗਾਮ ਅਤੇ ਸ਼ਬਦ ਹੋਵੇ, ਉਹ ਤਾਂ ਸਿੱਖ ਕਦੇ ਡੋਲਦਾ ਹੀ ਨਹੀਂ। ਇੱਥੋਂ ਦੇ ਪ੍ਰਧਾਨ ਡਾਕਟਰ ਸੰਤ ਸਿੰਘ ਜੀ, ਕੁਲਜੀਤ ਸਿੰਘ ਜੀ ਸੋਢੀ, ਇੰਜੀਨੀਅਰ ਪਰਮਜੀਤ ਸਿੰਘ ਜੀ ਔਰ ਸਰਬੱਤ ਸੰਗਤਾਂ ਦੇ ਹੋਰ ਸਰਬਰਾਹ ਸੇਵਾਦਾਰ ਅਜੇ ਵੀ ਦਰਬਾਰ ਦੇ ਵਿੱਚ ਬੈਠੇ ਹਨ, ਔਰ ਦਿਨ ਰਾਤ ਤੁਹਾਡੀ ਅਰਦਾਸ ਹੋ ਰਹੀ ਹੈ, ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਹੋ ਰਹੀਆਂ ਹਨ। ਮਹਾਰਾਜ ਜੀਓ, ਕੋਈ ਵੀ ਗੁਰੂ ਦਾ ਪਿਆਰਾ, ਭਾਵੇਂ ਉਹ ਸਾਡੇ ਦਰਬਾਰ ਨਾਲ ਜੁੜਿਆ, ਭਾਵੇਂ ਨਹੀਂ ਜੁੜਿਆ, ਕਿਸੇ ਦੇ ਉੱਤੇ ਕੋਈ ਦਰਦ ਨਾ ਆਵੇ, ਮਹਾਰਾਜ ਬਖਸ਼ਿਸ਼ ਕਰਨ। ਦੇਸ਼ ਦੇ ਵਿੱਚ ਵੀ ਅਤੇ ਵਿਦੇਸ਼ ਦੇ ਵਿੱਚ ਵੀ ਸਹਾਇਤਾ ਹੋਵੇ, ਜਿੱਥੇ ਬੱਚੇ ਗਏ ਨੇ ਬਾਹਰ ਪੜ੍ਹਨ ਵਾਸਤੇ, ਉਹਨਾਂ 'ਤੇ ਵੀ ਸਹਾਇਤਾ ਹੋਵੇ। ਆਪ ਜੀ ਨੂੰ ਬੇਨਤੀ ਕਰਾਂ ਕਿ ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੇ ਮਹਾਨ ਸੇਵਾ ਦੇ ਵਿੱਚ ਡਾਕਟਰ ਸੰਤ ਸਿੰਘ ਜੀ ਦੀ ਸੋਚ, ਇੰਟਾਇਰ ਬਾਡੀ ਦੀ ਸੋਚ ਇੱਕ ਇੰਨੀ ਕੁ ਸ਼ੁੱਧ ਅਤੇ ਸ਼ੁਭ ਹੈ ਜਿਹੜੀ ਸੰਸਾਰ ਦੇ ਭਲੇ ਵਾਸਤੇ ਹੈ। ਤਪ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਨੇ ਲੋੜ ਪੈਣ ਦੇ ਉੱਤੇ ਐਡਮਿਨਿਸਟ੍ਰੇਸ਼ਨ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਜੇ ਕੋਈ ਭੀੜਾ ਦੇ ਵਿੱਚ ਹੈ, ਤਕਲੀਫ ਦੇ ਵਿੱਚ ਹੈ, ਅਸੀਂ ਆਪਣੀ ਪੰਜ ਮੰਜ਼ਲੀ ਸਰਾਂ, ਸੈਕਿੰਡ ਸਰਾਂ ਜਿਹੜੀ ਦੂਜੀ ਸਰਾਂ ਹੈ ਗੁਰੂ ਗੋਬਿੰਦ ਸਿੰਘ ਸਰਾਏ, ਉਸ ਦੇ ਵਿੱਚ ਪੂਰੀ ਸਰਾਂ ਅਸੀਂ ਪੀੜਿਤ ਲੋਕਾਂ ਨੂੰ ਦੇ ਕੇ ਉਹਨਾਂ ਦੇ ਲੰਗਰ ਦਾ ਇੰਤਜ਼ਾਮ ਵੀ ਕਰਾਂਗੇ, ਤਾਂ ਕਿ ਕੋਈ ਵੀ ਦੁਖੀਆਰਾ, ਕੋਈ ਵੀ ਤਕਲੀਫ ਦੇ ਵਿੱਚ ਆਵੇ, ਉਹ ਰੋਟੀ ਵੀ ਛਕੇ ਔਰ ਉਹਦਾ ਇਲਾਜ ਵੀ ਹੋਵੇ। ਔਰ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ, ਡਿਪਟੀ ਕਮਿਸ਼ਨਰ ਊਨਾ ਔਰ SDM ਸਾਹਿਬਾ ਅੰਬ ਤੋਂ, ਇਹਨਾਂ ਨੂੰ ਵੀ ਜ਼ੇਰੇ ਗੌਰ ਇਹਨਾਂ ਨੂੰ ਵੀ ਦੱਸ ਦਿੱਤਾ ਗਿਆ ਹੈ, ਔਰ ਅਸੀਂ ਸਾਰੇ ਲੱਗੇ ਹੋਏ ਹਾਂ। ਗੁਰੂ ਵਾਲੇ ਹੋ, ਗੁਰੂ ਦੀ ਅਰਦਾਸ ਦੇ ਵਿੱਚ ਖੜ੍ਹੇ ਹੋਇਆ ਕਰੋ, ਅੰਮ੍ਰਿਤ ਵੇਲੇ ਬਾਣੀ ਪੜ੍ਹਿਆ ਕਰੋ, ਸਰਬੱਤ ਦਾ ਭਲਾ ਮੰਗੋ, ਔਰ ਜੋ ਦਾਸ ਬੇਨਤੀ ਕਰਦਾ ਹੈ ਉਹਦੇ 'ਤੇ ਪੈਰਾ ਦਿਓ, ਕਿਉਂਕਿ ਅੱਜ ਭੀੜਾ ਦੇ ਵਿੱਚ ਦੇਸ਼ ਹੈ, ਅੱਜ ਪੀੜਾ ਦੇ ਵਿੱਚ ਹਰ ਵਿਅਕਤੀ ਹੈ, ਤਾਂ ਕਿ ਅਸੀਂ ਜਥਾ ਸ਼ਕਤ ਆਪਣੀ ਸੇਵਾ ਵੀ ਪ੍ਰਧਾਨ ਮੰਤਰੀ ਜੀ ਦੇ ਰਿਲੀਫ ਫੰਡ ਦੇ ਵਿੱਚ ਜਮ੍ਹਾਂ ਕਰਾ ਕੇ ਅਤੇ ਪ੍ਰਧਾਨ ਮੰਤਰੀ ਜੀ ਨਾਲ ਦੀ ਵੀ, ਮੋਦੀ ਸਾਹਿਬ ਦੇ ਨਾਲ ਵੀ ਖਲੋਈਏ, ਉਹਨਾਂ ਦੀ ਇੰਟਾਇਰ ਟੀਮ ਦੇ ਨਾਲ ਵੀ ਖਲੋਈਏ, ਕਿਉਂਕਿ ਇਸ ਵੇਲੇ ਗੁਰਸਿੱਖ ਦਾ ਧਰਮ ਬਣ ਜਾਂਦਾ ਹੈ ਕਿ ਅਸੀਂ ਗੁਰੂ ਦੇ ਹਾਂ, ਗੁਰੂ ਵਾਲੇ ਹਾਂ, ਅਤੇ ਇਸ ਵੇਲੇ ਦੇਸ਼ ਵਾਸਤੇ ਦੇਸ਼ ਨਾਲ ਖਲੋਈਏ ਔਰ ਤਮਾਮ ਸੰਗਤਾਂ ਨਾਲ ਖਲੋਈਏ। ਉਮੀਦ ਕਰਦਾ ਹਾਂ ਮਹਾਰਾਜ ਚੜ੍ਹਦੀ ਕਲਾ 'ਚ ਰੱਖਣ, ਆਪ ਆਪਣੇ ਘਰ ਦੇ ਵਿੱਚੋਂ ਬਾਹਰ ਨਾ ਜਾਇਓ, ਲਾਕਡਾਊਨ ਦਾ ਮਤਲਬ ਇਹੋ ਹੀ ਹੈ ਕਿ ਤੁਹਾਨੂੰ ਬਚਾਇਆ ਜਾਵੇ, ਅੰਦਰ ਰਹਿਣਾ, ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ, ਅਸੀਂ ਜੀਵਤ ਰਹਾਂਗੇ, ਚੜ੍ਹਦੀ ਕਲਾ ਹੋਵੇਗੀ। ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ, ਸਾਡੀ ਆਪ ਹੱਥ ਦੇ ਕੇ ਸਾਡੀ ਜ਼ਿੰਦਗੀ ਨੂੰ ਬਚਾਉਣਗੇ, ਗੁਰੂ ਬਖਸ਼ਿਸ਼ ਕਰਨ, ਰਹਿਮਤ ਕਰਨ, ਤੁਹਾਡੇ ਲਈ ਅਰਦਾਸਾਂ ਹੋ ਰਹੀਆਂ ਨੇ। ਚੜ੍ਹਦੀ ਕਲਾ 'ਚ ਰਹੋ, ਜਿੱਥੇ ਵੀ ਰਹੋ ਸੁਰੱਖਿਅਤ ਰਹੋ, ਅੰਦਰ ਰਹੋ, ਇੰਨੇ ਸ਼ਬਦ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।